ਉੱਥੇ ਸਾਡੇ ਬਾਬੂ ਸਿੰਘ ਗੁਰਵਚਨ ਸਿੰਘ ਉਹਨਾਂ ਦੇ ਘਰੇ ਉਹਨਾਂ ਨੇ ਆਉਣਾ ਸੀ। ਹਾਂ ਹਾਲ ਅਸੀਂ ਹਰੇਕ ਨੂੰ ਪੁੱਛਾਂਗੇ ਬੀਜੇਪੀ ਹੈ ਜਿਹੜੀ ਉਹਦਾ ਜੱਜ ਕੇ ਵਿਰੋਧ ਆ ਉਹਨੂੰ ਤਾਂ ਅਸੀਂ ਪਿੰਡ ਦੇ ਵਿੱਚ ਇੰਟਰ ਵੀ ਨਹੀਂ ਕਰਨ ਦਿੰਦੇ। ਜਿਹੜੀ ਬੀਜੇਪੀ ਆ ਉਹਦਾ ਮੁਕੰਮਲ ਤੌਰ ਤੇ ਬਾਈਕਾਟ ਕਰਨਾ ਸੀ। ਸਾਨੂੰ ਸਰਕਾਰਾਂ ਨੇ ਤਪਾਇਆ ਹੋਇਆ ਸਾਡੇ ਜਦੋਂ ਆਉਂਦੇ ਨੇ ਮਤਲਬ ਵੋਟਾਂ ਵੇਲੇ ਅਸੀਂ ਜਿੱਤ ਜਾਂਦੇ ਹਾਂ ਉਦੋਂ ਪਹਿਲਾਂ ਅਸੀਂ ਕੋਈ ਨਹੀਂ ਸੀਗਾ ਉਹ ਸਾਨੂੰ ਪਤਾ ਲੱਗਿਆ ਉਹ ਧੱਕੇ ਨਾਲ ਆ ਰਹੇ ਨੇ ਉਹਨਾਂ ਦੇ ਪਰਿਵਾਰ ਸਾਡੇ ਨਾਲ ਸਹਿਮਤ ਆ ਉਹ ਵੀ ਕਾਹਦੇ ਕਰਕੇ ਵੀ ਕਿਸਾਨਾਂ ਮਜ਼ਦੂਰਾਂ ਦਾ ਏਕਾ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਕੇਂਦਰ ਸਰਕਾਰ ਮੁਰਦਾਬਾਦ ਕਾਲੇ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ ਕੇਂਦਰ ਸਰਕਾਰ ਮੁਰਦਾਬਾਦ ਬੀਜੇਪੀ ਸਰਕਾਰ ਮੁਰਦਾਬਾਦ ਸਾਡਾ ਇਕੱਠਾ ਹੋਇਆ ਹੋਇਆ ਇੱਥੇ ਸਾਡੇ ਬਾਬੂ ਸਿੰਘ ਗੁਰਵਚਨ ਸਿੰਘ ਉਹਨਾਂ ਦੇ ਘਰੇ ਉਹਨਾਂ ਨੇ ਆਉਣਾ ਸੀ। ਉਹ ਵੀ ਤੁਹਾਡੇ ਨਾਲ ਨੇ? ਹਾਂ ਉਹ ਸਾਡੇ ਨਾਲ ਬੈਠੇ ਨੇ ਆ ਪਰਿਵਾਰ ਉਹਨਾਂ ਦਾ ਸਾਡੇ ਵਿੱਚ ਬੈਠਿਆ ਉਹ ਧੱਕੇ ਨਾਲ ਆਉਣਾ ਚਾਹੁੰਦੀ ਸੀ ਉਰੇ। ਅਸੀਂ ਵੀਰੋ ਜਿੰਨੀਆਂ ਰਾਸੀ ਪਾਰਟੀਆਂ ਨੇ ਅਸੀਂ ਸਾਰੀਆਂ ਦਾ ਵਿਰੋਧ ਕਰਦੇ ਹਾਂ। ਅਸੀਂ ਇਹਨਾਂ ਤੋਂ ਸਵਾਲ ਜਵਾਬ ਆਮ ਵਾਲੇ ਹੋਏ ਕਾਂਗਰਸ ਹੋਈ ਅਕਾਲੀ ਦਲ ਹੋਏ ਸਵਾਲ ਅਸੀਂ ਹਰੇਕ ਨੂੰ ਪੁੱਛਾਂਗੇ। ਬੀਜੇਪੀ ਹੈ ਜਿਹੜੀ ਉਹਦਾ ਜੱਜ ਕੇ ਵਿਰੋਧ ਆ ਉਹਨੂੰ ਤਾਂ ਅਸੀਂ ਪਿੰਡ ਦੇ ਵਿੱਚ ਇੰਟਰ ਵੀ ਨਹੀਂ ਕਰਨ ਦਿੰਦੇ ਇੱਥੋਂ ਤੱਕ ਆ। ਕਿਉਂ ਜਿਹੜਾ ਸਾਡਾ ਸੰਯੁਕਤ ਮੋਰਚੇ ਦਾ ਸੱਦਾ ਸੀ ਉਹ ਇਹੀ ਹੈ ਵੀ ਇਹਨਾਂ ਤੋਂ ਸਵਾਲ ਪੁੱਛੋ ਜਿੱਦੇ ਦੀ ਆਪਣੀ ਸੰਸਦ ਦੇ ਵਿੱਚ ਇਹ ਬੋਲੇ ਨੇ। ਉਦੋਂ ਬਾਅਦ ਉਹਨਾਂ ਦਾ ਇਹ ਸੱਦਾ ਆਇਆ ਸੀ ਵੀ ਇਹਨਾਂ ਨੂੰ ਤੁਸੀਂ ਘੇਰ ਕੇ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਸਵਾਲ ਪੁੱਛੋ ਜਿਹੜੀ ਬੀਜੇਪੀ ਆ ਉਹਦਾ ਮੁਕੰਮਲ ਤੌਰ 'ਤੇ ਬਾਈਕਲਾ ਆਹੀ ਆਈ ਸਾਨੂੰ ਸਰਕਾਰਾਂ ਨੇ ਤਪਾਇਆ ਹੋਇਆ ਸਾਡੇ ਜਦੋਂ ਆਉਂਦੇ ਨੇ ਮਤਲਬ ਵੋਟਾਂ ਵੇਲੇ ਅਸੀਂ ਜਿੱਤ ਜਾਂਦੇ ਹਾਂ ਉਦੋਂ ਪਹਿਲਾਂ ਅਸੀਂ ਕੋਈ ਨਹੀਂ ਸੀਗਾ ਜਦੋਂ ਕੋਈ ਵੀ ਸਰਕਾਰ ਆਵੇ ਕੋਈ ਵੀ ਲੀਡਰਸ਼ਿਪ ਆਵੇ ਅਸੀਂ ਹਰੇਕ ਨਾਲ ਬੋਲਣਾ ਚਾਹਾਂਗੇ ਵੀ ਭਾਈ ਕੀ ਗੱਲ ਆ ਕੀ ਬਾਤ ਅੱਜ ਅਸੀਂ ਜੀਗੇ ਪਹਿਲਾਂ ਤੁਸੀਂ ਨਹੀਂ ਅੱਜ ਕਿੰਨੇ ਇਕੱਠੇ ਅੱਜ ਉਰੇ ਜੀ ਇਹਨੇ ਆਉਣਾ ਸੀ ਆਪਣੇ ਹਰਸਿਮਰਤ ਕੌਰ ਨੇ ਉਹ ਸਾਨੂੰ ਪਤਾ ਲੱਗਿਆ ਉਹ ਧੱਕੇ ਨਾਲ ਆ ਰਹੇ ਨੇ ਉਹਨਾਂ ਦੇ ਪਰਿਵਾਰ ਸਾਡੇ ਨਾਲ ਸਹਿਮਤ ਆ ਉਹ ਵੀ ਕਾਹਦੇ ਕਰਕੇ ਵੀ ਉਹ ਜੋ ਸਾਨੂੰ ਪਤਾ ਲੱਗਿਆ ਪਰਿਵਾਰ ਨੇ ਸਾਡੇ ਕੋਈ ਗੱਲ ਕਰੀ ਵੀ ਜੋ ਦੁੱਖ ਸੀ ਉਦੋਂ ਆਏ ਨਹੀਂ ਹੈਗੇ ਹੁਣ ਬੇਦੁੱਖ ਸਾਨੂੰ ਦੁੱਖ ਦੇਣ ਆ ਰਹੇ।